ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਜ਼ਿੰਦਾਬਾਦ ਦੇ ਨਾਰੇ ਸਕੂਲੀ ਬੱਚਿਆਂ ਵੱਲੋਂ ਲਗਾਏ ਗਏ ਨੇ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਗੁਰਦਾਸਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਸੰਦਲਪੁਰ ਦੀ ਹੈ, ਜਿਸ 'ਚ ਬੱਚਿਆਂ ਵੱਲੋਂ ਨਰਿੰਦਰ ਮੋਦੀ ਦੇ ਨਾਲ ਨਾਲ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਗਾਏ ਗਏ ਨੇ। ਇਸ ਬਾਰੇ ਜਦੋਂ ਮੀਡੀਆ ਵੱਲੋਂ ਸਕੂਲੀ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਮਾਮਲਾ ਕੁਝ ਹੋਰ ਹੀ ਸਾਹਮਣੇ ਆਇਆ। ਨਾਰੇ ਲਗਾਉਂਦੇ ਬੱਚਿਆਂ ਵੱਲੋਂ ਇੱਕ ਬੱਚੇ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਕ੍ਰਾਂਤੀ ਸੈਨਾ ਦੇ ਮੈਂਬਰ ਨੇ, ਜਿਨ੍ਹਾਂ ਜੰਮੂ ਕਸ਼ਮੀਰ ਤੋਂ ਧਾਰਾ 300 ਹਟਾਏ ਜਾਣ ਦੇ ਸੰਬੰਧ 'ਚ ਸਾਨੂੰ ਸਕੂਲ ਬਾਹਰ ਨਾਰੇ ਲਗਾਉਣ ਲਈ ਕਿਹਾ ਸੀ ਤੇ ਮੇਰੇ ਚਾਚੇ ਵੱਲੋਂ ਵੀ ਤਸਵੀਰਾਂ ਖਿੱਚੀਆਂ ਗਈਆਂ ਨੇ। ਸਰਕਾਰੀ ਪ੍ਰਾਇਮਰੀ ਸਕੂਲ ਸੰਦਲਪੁਰ। ਡੈਡੀ ਦਾ ਕੀ ਨਾਮ? ਵੀਰ ਸਿੰਘ। ਕੱਲ ਕੀ ਕੀਤਾ ਤੁਸੀਂ? ਕੱਲ ਅਸੀਂ ਰੈਲੀ ਕੱਢੀ। ਕੀ ਰੈਲੀ? ਕਿੰਨੇ ਕਢਾਈ? ਮੇਰੇ ਪਿਤਾ ਜੀ ਨੇ। ਕੀ ਕਹਿੰਦੇ ਸੀ ਪਿਤਾ ਜੀ? ਪਿਤਾ ਜੀ ਕਹਿੰਦੇ ਵੀ ਸ਼੍ਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ 'ਚ ਝੰਡਾ ਚੜਾਇਆ ਤੇ ਤੁਸੀਂ ਸਵੇਰੇ ਰੈਲੀ ਕੱਢਣੀ ਆ। ਲਾਲਚ ਨਹੀਂ ਕੋਈ ਵੀ ਦਿੱਤਾ, ਪਹਿਲਾਂ ਅਸੀਂ ਮੰਨੇ ਤੇ ਫਿਰ ਲੱਡੂ ਵੰਡੇ ਸੀ। ਨਹੀਂ ਲੱਡੂ ਡੈਡੀ ਨੇ ਲੱਡੂ ਨਹੀਂ ਦਿੱਤੇ ਸਾਰਿਆਂ ਨੂੰ? ਦਿੱਤੇ। ਹਾਂ ਅੱਛਾ, ਮੁੰਡੇ ਕਿੰਨੇ ਇਕੱਠੇ ਕੀਤੇ ਸਾਰੇ? ਮੁੰਡੇ ਆ ਤੁਹਾਡੇ ਸਕੂਲ ਦੇ ਬੱਚੇ ਕਿੰਨੇ ਇਕੱਠੇ ਕੀਤੇ ਸਾਰੇ? ਮੈਂ ਤਿੰਨ। ਅੱਛਾ ਕਿਹਨੇ ਕਿਹਾ ਸੀ ਕਰੋ? ਮੇਰੇ ਪਿਤਾ ਜੀ ਨੇ ਰੈਲੀ ਕੱਢ ਕੇ ਆਓ। ਠੀਕ ਹੈ, ਉਹਦੇ ਬਾਅਦ ਆਏ ਸਕੂਲੇ ਤੁਸੀਂ? ਹਾਂਜੀ। ਆਪਾਂ ਤਾਂ ਫੋਟੋ ਕਿਹਨੇ ਖਿੱਚੀ ਫਿਰ ਇੱਥੋਂ? ਫੋਟੋ ਮੇਰੇ ਚਾਚੂ ਨੇ। ਹਾਂਜੀ। ਡੈਡੀ ਕੀ ਕਰਦੇ ਪੁੱਤ? ਡੈਡੀ ਕ੍ਰਾਂਤੀ ਸੈਨਾ ਬਾਲਮੀਕੀ। ਇਸ ਮਾਮਲੇ 'ਚ ਜਦੋਂ ਸਕੂਲ ਅਧਿਆਪਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੱਚਿਆਂ ਦੇ ਬਾਹਰ ਤੋਂ ਆ ਰਹੇ ਸ਼ੋਰ ਨੂੰ ਦੇਖਣਗੇ ਤਾਂ ਬੱਚੇ ਦੇਸ਼ ਦੇ ਝੰਡੇ ਲੈ ਕੇ ਖੜੇ ਸੀ। ਨਾਲ ਹੀ ਕਿਹਾ ਕਿ ਜਿਨ੍ਹਾਂ ਵੀ ਇਹ ਕੁਝ ਕਰਵਾਇਆ ਉਹਨਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। 6 ਤਰੀਕ ਨੂੰ ਸਰ ਜਿੱਦਾਂ ਹੀ ਆਈਦਾ ਵਾ ਸਵੇਰੇ ਆ ਕੇ ਬੱਚਿਆਂ ਨੂੰ ਪ੍ਰੇਅਰ ਕਰਾਉਣੀ, ਮਤਲਬ ਕਿ ਜਦੋਂ ਵੇਖਿਆ ਬੱਚਿਆਂ ਦੀ ਸਟਰੈਂਥ ਥੋੜ੍ਹੀ ਘੱਟ ਸੀ ਅਤੇ ਬੱਚਿਆਂ ਨੂੰ ਮੈਂ ਵੈਸੇ ਹੀ ਪੁੱਛ ਰਿਹਾ ਸੀ ਬੱਚਿਆਂ ਸਟਰੈਂਥ ਕਿਉਂ ਘੱਟ ਨਜ਼ਰ ਆ ਰਹੀ ਹੈ ਅਤੇ ਬੱਚਿਆਂ ਨੂੰ ਚਲੋ ਜਵਾਬ ਨਹੀਂ ਮਿਲਿਆ, ਮੈਂ ਕਿਹਾ ਚਲੋ ਪ੍ਰੇਅਰ ਸ਼ੁਰੂ ਕਰੀਏ ਅਤੇ ਜਦੋਂ ਅਸੀਂ ਪ੍ਰੇਅਰ ਕਰਦੇ ਪਏ ਸੀ ਅਤੇ ਪ੍ਰੇਅਰ ਦੇ ਹੁੰਦੇ ਦੌਰਾਨ ਹੀ ਥੋੜ੍ਹਾ ਜਿਹਾ ਮਤਲਬ ਕਿ ਮੈਂ ਥੋੜ੍ਹਾ ਜਿਹਾ ਸ਼ੋਰ ਜਿਹਾ ਸੁਣਿਆ ਕਿ ਬਾਹਰ ਸ਼ੋਰ ਕਾਹਦਾ ਵਾ ਅਤੇ ਬਾਹਰ ਬੱਚਿਆਂ ਨੇ ਫਲੈਗ ਫੜੇ ਸੀ ਨੈਸ਼ਨਲ ਫਲੈਗ ਅਤੇ ਥੋੜ੍ਹੇ ਜਿਹੇ ਨਾਰੇ ਵੀ ਲਗਾ ਰਹੇ ਸੀ ਅਤੇ ਬਸ ਮੈਂ ਜਦੋਂ ਫਿਰ ਗਿਆ ਵਾਂ ਅਤੇ ਉਹਨਾਂ ਨੂੰ ਇੱਕਦਮ ਬੰਦ ਕਰਾ ਕੇ ਅਤੇ ਮੈਂ ਉਹਨਾਂ ਦੇ ਫਲੈਗ ਫੜ ਲਏ ਨੇ ਅਤੇ ਫਲੈਗ ਜਿਹੜੇ ਰੱਖ ਕੇ ਆਪਣੇ ਟੀਚਰਸ ਨੂੰ ਦੱਸਦੇ ਕਿ ਮੈਂ ਕਿਹਾ ਇਹ ਅਲਮਾਰੀ 'ਚ ਰੱਖ ਦਿਉ। ਅਸੀਂ ਜਿਹੜੇ ਸਾਡੇ ਜਿਹੜੇ ਮਾਣਯੋਗ ਮੁੱਖ ਮੰਤਰੀ ਨੇ ਸ਼੍ਰੀ ਸਰਦਾਰ ਕੈਪਟਨ ਸਿੰਘ ਜੀ, ਕੈਪਟਨ ਅਮਰਿੰਦਰ ਸਿੰਘ ਜੀ, ਜੋ ਉਹਨਾਂ ਦੀ ਹਦਾਇਤ ਸੀ ਅਸੀਂ ਉਸੇ ਤਰੀਕੇ ਨਾਲ ਜਿਹੜਾ ਵਾ ਮਤਲਬ ਕਿ ਬੱਚਿਆਂ ਨੂੰ ਈਵਨ ਕਿ ਨਹੀਂ ਪਤਾ ਹੈਗਾ, ਨਾਲ ਹੀ ਸਾਡੀ ਨੌਲੇਜ 'ਚ ਵੀ ਇਹ ਕੰਮ ਨਹੀਂ ਹੈਗਾ ਕਿ ਕਿਉਂ ਹੋਇਆ ਜਾਂ ਕਿੰਨੇ ਕਰਵਾਇਆ ਵਾ, ਕਿਉਂਕਿ ਕੱਲ੍ਹ ਦੀ ਗੱਲ ਹੈ, ਪਰਸੋਂ ਹੀ ਮੇਰੇ ਹਿਸਾਬ ਨਾਲ ਇਹ ਜਿਹੜਾ ਕਾਨੂੰਨ ਪਾਰਤ ਜੋ ਹੋਇਆ ਵਾ ਅਤੇ ਕੱਲ੍ਹ ਜਦੋਂ ਅਸੀਂ ਆਏ ਹਾਂ ਸਵੇਰੇ ਸਵੇਰੇ ਤਾਂ ਸਾਨੂੰ ਤਾਂ ਇਸ ਬਾਰੇ ਨੌਲੇਜ ਹੀ ਨਹੀਂ ਸੀ। ਹਾਂਜੀ, ਜੇਕਰ ਮਤਲਬ ਜੇ ਅਸੀਂ ਅਗੇਂਸਟ ਕਿਸੇ ਵੀ ਆਪਣੀ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਜਾਂਦੇ ਹਾਂ ਅਤੇ ਜਿਹੜੀ ਲੋੜੀਂਦੀ ਜਿਹੜੀ ਕਾਰਵਾਈ ਹੈ ਉਹ ਹੋਣੀ ਚਾਹੀਦੀ। ਅਕਸਰ ਸਰਕਾਰਾਂ ਜਾਂ ਲੀਡਰਾਂ ਵੱਲੋਂ ਸੱਤਾ 'ਚ ਆਉਣ ਲਈ ਆਮ ਲੋਕਾਂ ਨੂੰ ਬਹੁਤ ਤਰ੍ਹਾਂ ਦੇ ਲਾਲਚ ਦੇ ਕੇ ਗੁੰਮਰਾਹ ਕੀਤਾ ਜਾਂਦਾ ਹੈ, ਪਰ ਸਰਕਾਰਾਂ ਦੇ ਅੰਧ ਵਿਸ਼ਵਾਸੀ ਨੁਮਾਇੰਦਿਆਂ 'ਤੇ ਉਹਨਾਂ ਦਾ ਪ੍ਰੇਮ ਇਸ ਕਦਰ ਸਵਾਰ ਹੋ ਜਾਂਦਾ ਹੈ ਕਿ ਉਹਨਾਂ ਨੂੰ ਭਲੇ ਬੁਰੇ ਦੀ ਹੋਸ਼ ਵੀ ਨਹੀਂ ਰਹਿੰਦੀ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਰ ਫੇਸਬੁੱਕ ਪੇਜ।